ਘਰੇ ਰਣਜੀਤ ਐਵਨਿਊ ਡੀ ਬਲੋਕ ਪੈਂਦਾ ਹੈ, ਇੱਥੇ ਸ਼ਰੇਆਮ ਸਾਰਾ ਗੁੰਡਾਗਰਦੀ ਹੋਈ ਹੈ, ਗੋਲੀ ਚੱਲੀ ਹੈ ਸਰ, ਗੋਲੀ ਵੀ ਇੱਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੁੰਨ ਹੋ ਗਿਆ, ਔਰ ਸਰ ਸਾਰਾ ਪੋਸ਼ ਏਰੀਆ ਲੋਕਾਂ ਨੂੰ ਇੰਨੀ ਡਹਿਲ ਪਈ ਹੈ ਅੱਜ ਬਹੁਤ ਜ਼ਿਆਦਾ ਸਰ, ਲੋਕ ਅੰਦਰਾਂ 'ਚ ਵੜ ਗਏ ਨੇ, ਔਰ ਇੰਨੀ ਗੁੰਡਾਗਰਦੀ ਇੰਨੀ ਸਰ ਗਿਣਤੀ ਨਹੀਂ ਕੋਈ ਜੀ, ਗਿਣਤੀ ਇੱਥੇ 15-20 ਨੌਜਵਾਨ ਸੀਗੇ ਸਰ, ਲਾਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ, ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਜਾਨ ਬਚਾਈ ਜੀ, ਪ੍ਰਸ਼ਾਸਨ ਜੋ ਟਾਈਮ ਸਿਰ ਆਇਆ, ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ, ਹੁਣ ਵੀ SHO ਰੋਬਨ ਜੀ ਵੀ ਆਏ ਸੀਗੇ, ਕਿੰਨੇ ਜਣੇ ਗੋਲੀ ਵੱਜੀ ਹੈ ਇਹ ਸਰ, ਇੱਕ ਤੇ ਲੱਗੀ ਹੈ ਗੋਲੀ, ਉਹ ਲੈ ਗਏ ਮੌਕੇ ਤੇ, ਫਿਰ ਉਹ ਜਿਹੜੇ ਜਿਹਨਾਂ ਨੇ ਗੋਲੀ ਚਲਾਈ ਉਹ ਕਰਤੇ ਸਰ, ਸਰ ਗੱਡੀਆਂ ਤੇ ਸੀਗੇ ਕੁਛ ਪੈਦਲ ਸੀਗੇ ਜੀ, ਫਿਰ ਆਪਸ 'ਚ ਇਹ ਲੈ ਗਏ ਨੇ ਬੰਦੇ ਚੁੱਕ ਕੇ ਆਪ ਹੀ, ਪ੍ਰਸ਼ਾਸਨ ਦੇ ਸਿਰ ਉਹ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ, ਤੁਸੀਂ ਮੌਕੇ ਤੇ ਸੀ? ਹਾਂਜੀ ਅਸੀਂ ਇੱਥੇ ਮੌਕੇ ਤੇ ਜੀ, ਉਹ ਸਾਹਮਣੇ ਕੋਠੀ ਆ ਉੱਥੇ ਸੀਗੇ, ਮੌਕੇ ਤੇ ਅਸੀਂ ਦੇਖਿਆ ਸਾਰਾ ਇਹ ਸਰ, ਸਾਰਾ ਸਹਿਮੇ ਹੋਏ, ਦੁਨੀਆ ਜੀ ਡਰ ਹੈ ਜੀ ਬਿਲਕੁਲ, ਅਤੇ ਦੇਖੋ ਇਹ ਮਾਹੌਲ ਹੀ ਡਰ ਵਾਲਾ ਹੈ ਜੀ, ਗੋਲੀ ਚੱਲਣੀ ਕੋਈ ਛੋਟੀ ਗੱਲ ਨਹੀਂ ਹੈ ਜੀ, ਇਲੈਕਸ਼ਨ ਕੋਰਟ ਆਫ ਕੰਡਕਟ ਲੱਗਾ ਹੋਇਆ ਵਾ, ਪਿਸਤੌਲ ਵੈਸੇ ਹੀ ਜਮ੍ਹਾਂ ਨੇ, ਅਤੇ ਇਹ 2 ਨੰਬਰ ਦੇ ਹੀ ਹੋਣਗੇ ਫਿਰ, ਐਕਚੁਲੀ 100% ਹੀ 2 ਨੰਬਰ ਦੇ ਹੋਣਗੇ, ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖ਼ਤ ਆ ਜੀ ਆਪਣੇ ਆਪ 'ਚ, ਪ੍ਰਸ਼ਾਸਨ ਤਾਂ ਕਹਿੰਦਾ ਹੈ ਕਿ ਅੱਜ ਸਾਨੂੰ ਜੀ ਘੰਟਾ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਰਣਜੀਤ ਐਵਨਿਊ ਵਿਖੇ ਭਰਤੇਜ ਹਸਪਤਾਲ ਦੇ ਕੋਲ ਗੋਲੀ ਚੱਲੀ ਆ, ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ, ਇੱਥੇ ਆ ਕੇ ਸਾਨੂੰ ਅਸੀਂ ਅਜੇ ਦੀਪ ਨਾਮ ਦੇ ਸ਼ਖਸ ਨੂੰ ਮਿਲੇ ਹਾਂ, ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਆ, ਅਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਤੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਪ੍ਰਾਈਮ ਆਫ ਏਸੀ ਦੱਸਣ 'ਤੇ ਸਾਹਮਣੇ ਆਇਆ ਵਾ ਕਿ ਜੋ ਇਹ ਅਜੇਦੀਪ ਸਿੰਘ ਆ ਅਤੇ ਇਹਨਾਂ ਦੇ ਨਾਲ ਸਾਥੀ ਆਕਾਸ਼ਦੀਪ ਸਿੰਘ ਆ, ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ, ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ, ਕੋਈ ਬਲਿਹਾਰ ਸਿੰਘ ਅਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ, ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ, ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ 'ਚ ਗੱਲ ਹੋਈ ਸੀ, ਬਾਅਦ ਜਦੋਂ ਵੀਜ਼ਾ ਆਉਣ 'ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ, ਉਸ ਤਕਰਾਰਬਾਜ਼ੀ ਦੇ ਚੱਲਦੇ ਆ ਇਹ ਕਿਸੇ ਮਸਲੇ 'ਚ ਅੱਜ ਇੱਥੇ ਆਏ ਸੀਗੇ, ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ, ਇਹ ਹਜੇ ਮੌਕੇ 'ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇੰਸੀਡੈਂਟ ਕੀ ਹੋਇਆ, ਇਹ ਹਜੇ ਮੌਕੇ 'ਤੇ ਜਾ ਰਹੇ ਹਾਂ, ਜਿਸ ਤੋਂ ਬਾਅਦ ਇਹ ਮੌਕੇ 'ਤੇ ਹਜੇ ਜਾ ਰਹੇ ਹਾਂ ਜੀ, ਸਾਡੀ ਪ੍ਰੀਲਿਮਨਰੀ SHO ਸਾਹਿਬ ਮੌਕੇ 'ਤੇ ਜਾ ਕੇ ਆਏ ਨੇ, ਮੌਕੇ 'ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ, ਜੋ ਇਹ ਅਜੇਪਾਲ ਸਿੰਘ ਇਹਨਾਂ ਦੇ ਪੱਟੇ ਗੋਲੀ ਲੱਗੀ ਹੈ, ਅਤੇ ਇਹ ਹਜੇ ਵੈਰੀਫਾਈ ਕਰਨਾ ਵੈਰੀਫਾਈ ਕਰਾਂਗੇ ਜੀ, ਇਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ, ਉਸ ਤੋਂ ਬਾਅਦ ਐਫ ਆਈ ਆਰ ਰਜਿਸਟਰ ਕਰਾਂਗੇ, ਫਿਰ ਜੋ ਦੋਸ਼ੀ ਹੱਥ 'ਚ ਆਉਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ ਹਾਂ। ਇਨਫੋਰਮੇਸ਼ਨ ਆਈ ਹੈ ਕਿ ਫਾਇਰ ਹੋਇਆ ਹੈ, ਉਹਨੂੰ ਵੈਰੀਫਾਈ ਕਰੋ। ਕਿੰਨੇ ਵਜੇ ਲੱਗੀ ਹੈ? ਆਏ ਆ ਜੀ, ਦੇਖ ਰਹੇ ਹਾਂ, ਦੇਖ ਕੇ ਤੁਹਾਨੂੰ ਦੱਸ ਦਿੰਦੇ ਹਾਂ ਜੀ, ਆਪਣੇ ਹਰਤੇਜ ਹਸਪੀਟਲ ਲੱਗੇ। ਦੱਸੇ ਕਿਹੜੀ ਗੱਲ ਹੋਈ ਕੋਈ? ਹਲੇ ਕੁਛ ਨਹੀਂ ਪਤਾ ਜੀ, ਕਰਕੇ ਵੈਰੀਫਾਈ।